खबर लेने समराले तो पिछले 6 महीनों तो वध समय तो दिल्ली के बार्डर उपर बैठे किसानों के हक के अमरीका के कैलीफोर्निया विच पंजाबी भाईचारे ने इकट्ठे होकर किसानों का डट के खड़े होने की चर्चा इन्हां दिनां विच आम है। किसानी अंदोलन के लिए फंड इकट्ठा किया गया है और इस मौके थोड़े समय विच ही लखां डालर तो वध दी जिहड़ी रकम है वह इकट्ठी हुई है। इस मौके ते बुलारिया ने कहा है कि भारत विच किसानी अंदोलन पूरे जोरां ते है, असी तनो मनो तनो अपने किसान भरावां दे नाल खड़े हाँ। बुलारिया ने कहा कि मोदी सरकार भावें इस तरह महसूस करवा रही है कि किसानी अंदोलन नाल सानू कोई फर्क नहीं पैना, पर सरकार दी अंदरों नींद हराम होई पई है। उन्होंने कहा कि पंजाबी अते हरियाणवी भरावां दीआं आपसी जफियां इह सिद्ध करदीआं ने कि कांग्रेस जो मर्जी कर लवे हुण सानू ओह पाड़ नहीं सकदी। भारत विच केंद्र दी मोदी सरकार दे खिलाफ काले कानून वापस करवाउण वास्ते जो किसान धरने ते बैठे ने अमरीका विच वसदे पंजाबियां ने उन्हां लई $1,00,000 इकट्ठे करके उन्हां नूं मदद भेजी है। इस दौरान होर की गलबात हुई है, आओ सुनते हैं। मैं धन्नवादी हाँ अमरीका विच वसदे उन्हां सिखां दा जिन्हां ने फ्रिजनो इलाके तों किसान मोर्चे लई बहुत वड्डी भारी मात्रा विच माली मदद इकट्ठी कीती है। इत्थे पहुंचियां खबरों मुताबक $1,00,000 तो बाद उन्होंने इकट्ठा कर लिया है, पर मेरी बेनती है कि पैसे की इन्नी बहुती हले लोड़ है नहीं। जिनी लोड़ तुहाडी मदद की है जिहड़ी तुसीं हर रोज़ दिलों साडे नाल जुड़े हो इहदा कोई मुल नहीं। तो मैं बेनती करांगा जे कुछ इत्थे लैके भी आओ समान तां जिहड़ी जरूरत हो वो पुछ के लिया के दे के जायो, पैसा किसी नूं हथ विच ना फड़ायो। मैं फिर तुहाडा एक बारी धन्नवाद करदा, तुसीं इन्ना साडा ख्याल रखदे हो, शुरू ते साडे नाल खड़े हो, तुसीं साडी ताकत हो, तुहाडा धन्नवाद करन लई मेरे कोल शब्द नहीं। $100 ਇਹ ਜੀ ਟੋਟਲ ਆਪਣੇ ਡੀਟੇਲ ਆ ਅਤੇ ਆਪਣੇ ਇਸ ਦੇ ਸਾਰਿਆਂ ਦਾ ਟੋਟਲ ਜਿਹੜਾ ਬਣਦਾ ਹੈ ਉਹ ਹੈਗਾ ਜੀ $78,241। ਕਸਰ ਥੋੜ੍ਹੀ ਹੈ, ਲੱਖ ਕਰਨਾ ਪੂਰਾ, ਮੈਂ 5,000 ਪਾਤਾ ਇਹਦੇ ਵਿੱਚ ਹੋਰ, ਅਤੇ ਹੁਣ ਜਿਹੜੀਆਂ ਜਿਹੜੀਆਂ ਵੀ ਮੇਰੀਆਂ ਸ਼ਖਸੀਅਤਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਮੈਂ ਕਹਿ ਸਕਦਾ ਵੀ ਤੁਸੀਂ ਵਿੱਚ ਯੋਗਦਾਨ ਹੋਰ ਪਾ ਸਕਦੇ ਆ ਉਹ ਜ਼ਰੂਰ ਹਿੰਮਤ ਮਾਰੋ। ਮੈਂ ਆਪਣੇ ਨਾਨਕੇ ਪਰਿਵਾਰ ਨੂੰ 2,000 ਵਿੱਚ ਹੋਰ ਪਾਤਾ। ਮੈਨੂੰ ਪਤਾ ਵੀ ਮੈਂ ਉਹਨਾਂ ਕੋਲੋਂ ਮੰਗ ਕੇ ਵੀ ਲੈ ਸਕਦਾ, ਭਾਣਜਾ ਆ ਮੇਰੇ ਮਾਮਾ ਜੀ ਹੁਣੀ ਬੈਠੇ ਆ ਅਵਤਾਰ ਸਿੰਘ ਨਿੱਜਰ ਹੁਣੀ, ਉਹ ਮੇਰਾ ਮਾਣ ਰੱਖਣਗੇ ਜ਼ਰੂਰ। ਸੋ ਹੋਰ ਵੀ ਆ ਜਿੱਦਾਂ ਮੈਂ ਬੇਨਤੀ ਕਰਦਾ ਸਮਰ ਭਾਅ ਜੀ ਉਹਨਾਂ ਨੂੰ ਵੀ ਤੁਸੀਂ ਇਹਦਾ ਟੋਟਲ ਇੱਕ ਵਾਰੀ ਦੁਬਾਰਾ ਲੈ ਕੇ ਆਓ ਅਤੇ ਆਪਾਂ ਘੱਟੋ ਘੱਟ 1,00,000 ਪੂਰਾ ਕਰੀਏ ਵੀ ਅੱਜ ਗੱਲ ਜਾਵੇ ਵੀ ਕੈਲੀਫੋਰਨੀਆ ਦੀ ਸੰਗਤ ਨੇ $1,00,000 ਜਿਹੜਾ ਆ ਉਹ ਕਿਸਾਨ ਅੰਦੋਲਨ ਦੇ ਲਈ ਦਿੱਤਾ, ਜਿਹੜੀ ਇਹ ਗੱਲ ਸਾਬਤ ਕਰਦੀ ਆ ਵੀ ਅਸੀਂ ਤੁਹਾਡੀ ਰੀੜ੍ਹ ਦੀ ਹੱਡੀ ਬਣ ਕੇ ਖੜ੍ਹੇ ਹਾਂ। ਬਜ਼ੁਰਗੋ ਕਿਤੇ ਘਾਬਰ ਨਾ ਜਾਇਓ, ਤੁਹਾਨੂੰ ਪੈਸੇ ਦੀ ਤੰਗੀ ਨਹੀਂ ਆਉਣ ਦਿੰਦੇ, ਅਤੇ ਹਿੰਦੁਸਤਾਨ ਦੀ ਸਰਕਾਰ ਨੂੰ ਇਹ ਦੱਸ ਦਈਏ ਇੱਕ ਟ੍ਰੇਲਰ ਹੈ, ਹਜੇ ਫਿਲਮ ਚੱਲਣੀ ਹੈ, ਇਹ ਸਿਰਫ ਸਾਨੂੰ ਇੱਕ ਟ੍ਰੇਲਰ ਦਿਖਾ ਲਓ, ਮੰਨ ਜਾਓ ਹਜੇ ਵੀ ਮੰਨ ਸਕਦੇ ਹਾਂ, ਨਹੀਂ ਤਾਂ ਇਹ ਅੱਜ ਦੀ ਲਲਕਾਰ ਨੂੰ ਸੁਣ ਕੇ ਬਹੁਤ ਹੋਰ ਸੰਗਤ ਜਿਹੜੀ ਵਿਦੇਸ਼ਾਂ ਦੇ ਵਿੱਚ ਬੈਠੀ ਸੀ ਨਾ ਉਹ ਦੁਬਾਰਾ ਫਿਰ ਜਾਗਰਤ ਹੋਊਗੀ। ਸਮਰਾਲੇ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ ਵੇਟ ਲੂਸ, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਅਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ, ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਅਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ, ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ, ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਅਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼
ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 9478484087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478484087।